ਕਾਲਾ ਇਸ ਕਰਕੇ ਬਦਲਿਆ ਜਾ ਰਿਹਾ, ਰੰਗ ਇਸ ਕਰਕੇ ਬਦਲਿਆ ਜਾ ਰਿਹਾ ਕਿਉਂਕਿ ਜਿਹੜਾ ਭਗਵਾ ਜਿਹੜਾ ਇਸ ਤਰ੍ਹਾਂ ਦਾ ਕੇਸਰੀ ਰੰਗ ਆ ਉਹ BJP ਨੇ ਅਡੋਪਟ ਕਰ ਲਿਆ ਹੈ। ਕਿ ਰੰਗਾਂ ਦੇ ਵਿੱਚ ਵੀ ਕੋਈ ਇਸ ਕਿਸਮ ਦੀ ਵੰਡ ਪੈ ਸਕਦੀ ਹੈ ਜਿਹੜੀ ਕਿ ਵੱਖ ਵੱਖ ਧਰਮਾਂ ਦੇ ਵੱਖ ਵੱਖ ਰੰਗ ਹੋ ਜਾਣ? ਕੇਸਰੀ ਸੀ ਕੇਸਰ ਵਾਲਾ, ਇਹਨੂੰ ਹਨੂੰਮਾਨ ਦੇ ਨਾਲ ਜੋੜਿਆ ਜਾਂਦਾ, ਜਾਂ ਇੱਕ ਬਸੰਤੀ ਆ। ਬਸੰਤੀ ਵੀ ਸਿਰਫ ਤੇ ਸਿਰਫ ਜਿਹੜਾ ਨਿਲੰਬਰ ਧਾਰਾ ਨੀਲ ਬਸਤਰਾਂ ਵਾਲਾ ਰੰਗ ਵਾ, ਇਹੀ ਹੀ ਪ੍ਰਮਾਣਤਾ, ਕਿਉਂਕਿ ਇਹ ਰੰਗ ਸੂਫੀ ਫਕੀਰਾਂ ਦਾ ਵੀ ਆ ਵੀ ਨੀਲ ਬਸਤਰ ਦੇ ਕੱਪੜੇ ਪਹਿਰੇ। ਮਤਲਬ ਸੋ ਤੁਸੀਂ ਨੀਲੇ ਰੰਗ ਦੇ ਜਿਹੜਾ ਸਰਮਈ ਆ ਉਹਦੇ ਹੱਕ ਚੋਂ ਜਿਹੜਾ ਨਿਲੰਬਰ ਧਾਰਾ ਤੁਸੀਂ ਦੇਖੋ, ਜੋ ਕਾਲੀਆਂ ਘਟਾਂ ਚੜੀਆਂ ਹੁਣ ਇੱਕ ਧਾਰ ਦੀਦੀ ਹੁੰਦੀ ਆ, ਨਿਲੰਬਰ ਨੀਲੇ ਗੂੜੇ ਸੁਰਮਰੇ, ਉੱਥੋਂ ਗੁਰੂ ਸਾਹਿਬ ਨੇ ਇਹ ਰੰਗ ਚੁਣਿਆ ਆਕਾਸ਼, ਕਿਉਂਕਿ ਪੰਜ ਤੱਤ ਦਾ ਸਿਧਾਂਤ ਵਾ। ਸਤਿਸੇਮ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੋਈ ਫਰਕ ਨਹੀਂ ਪੈਂਦਾ ਬਾਈ ਜੀ, ਇਨਸਾਨ ਨੂੰ ਚੇਂਜ ਹੋਣਾ ਚਾਹੀਦਾ ਹੈਗਾ, ਦਲੀਲਾਂ ਠੀਕ ਹੋਣੀਆਂ ਚਾਹੀਦੀਆਂ, ਸੱਚ ਬੋਲਣਾ ਚਾਹੀਦਾ ਹੈਗਾ, ਸੱਚ ਦੇ ਨਾਲ ਜੁੜਨਾ ਚਾਹੀਦਾ, ਰੰਗਾਂ ਦੇ ਵਿੱਚ ਕੁਛ ਨਹੀਂ ਰੱਖਿਆ। ਸਤਿ ਸ਼੍ਰੀ ਅਕਾਲ। ਹਾਂਜੀ, ਇੱਥੇ ਸਾਡੇ ਲਾਗੇ ਇੱਕ ਮੰਦਰ ਆ, ਮੈਨੂੰ ਉੱਥੇ 20 ਸਾਲ ਹੋ ਗਏ ਦੇਜ ਨੂੰ, ਉੱਥੇ ਲਾਲ ਰੰਗ ਦਾ ਝੰਡਾ ਹੁੰਦਾ ਸੀਗਾ ਜੀ। ਜਦਾਂ ਹੁਣ ਇੰਡੀਆ 'ਚ ਰਾਮ ਮੰਦਰ ਬਣਿਆ ਉੱਥੇ ਉਹਨਾਂ ਨੇ ਭਗਵੇਂ ਰੰਗ ਦਾ ਝੰਡਾ ਬਦਲ ਦਿੱਤਾ। ਕਿਹੜੇ ਰੰਗ ਦਾ? ਇੱਕ ਦੋ ਦਿਨ ਇਹ ਜਿਹੜਾ ਆਪਣਾ ਨਿਸ਼ਾਨ ਸਾਹਿਬ ਵਾਲਾ ਕਲਰ ਹੁੰਦਾ ਜੀ। ਅੱਛਾ। ਹਾਂਜੀ, ਮੈਨੂੰ ਸਮਾਂ ਆਪ ਭੁਲੇਖਾ ਪਿਆ, ਮੈਂ ਨਾਲ ਗੱਲ ਕੀਤੀ, ਮੈਂ ਕਿਹਾ ਜੇ ਤਾਂ ਲਾਲ ਝੰਡਾ ਹੁੰਦਾ ਸੀ ਇਸ ਮੰਦਰ ਦੇ ਵਿੱਚ, ਤੇ ਹੁਣ ਇਹਨਾਂ ਨੇ ਰੰਗ ਬਦਲ ਦਿੱਤਾ। ਇਹ ਮੈਂ ਹਰ ਇੱਕ ਰੰਗ ਦੇ ਸਨਮਾਨ ਕਰਦਾ, ਤੇ ਲੇਕਿਨ ਜਿਹੜਾ ਇੱਕ ਲਿਮਿਟ ਹੁੰਦੀ ਹੈ ਕਿ ਆਪਾਂ ਇਨਸਾਨੀਅਤ ਦੇ ਵਿੱਚ ਫਰਕ ਨਾ ਪਾਈਏ, ਆਪਣੇ ਆਪ ਨੂੰ ਜ਼ਿਆਦਾ ਨਾ ਵੰਡੀਏ, ਲੇਕਿਨ ਇਹ ਵੰਡ ਆਪਣੇ ਆਪ ਹੀ ਕਈ ਵਾਰੀ ਖਤਮ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ, ਮੈਂ ਆਪਣੇ ਆਪ, ਮੈਂ ਹਿੰਦੂ ਪਰਿਵਾਰ 'ਚ ਜਨਮ ਲਿਆ, ਲੇਕਿਨ ਮੈਂ ਆਪਣੇ ਆਪ ਨੂੰ ਸਿੱਖ ਵੀ ਕਹਿੰਦਾ, ਮੈਂ ਹਿੰਦੂ ਵੀ ਹਾਂ, ਸਿੱਖ ਵੀ ਹਾਂ। ਹਾਂ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, 13 April 1699 ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਖਾਲਸਾ ਪੰਥ ਸਾਜਿਆ ਸੀ ਅਨੰਦਪੁਰ ਸਾਹਿਬ, ਉਦੋਂ ਕੇਸਰੀ ਰੰਗ ਦਿੱਤਾ ਸੀ। ਕੇਸਰੀ ਰੰਗ ਤੇ ਭਗਵੇਂ ਰੰਗ 'ਚ ਬਹੁਤ ਫਰਕ ਆ। ਆਹ ਨਵਾਂ ਹੀ ਹੁਣ ਕਿੰਨੇ 100 ਸਾਲ ਹੋ ਗਏ ਖਾਲਸਾ ਪੰਥ ਸਾਜੇ ਨੂੰ, ਹਨਾ, ਆਹ ਨਵਾਂ ਹੀ ਹੁਣ ਪਤਾ ਨੀ ਫਾਹ ਜੀ ਡਾ ਦੀ। ਮੈਨੂੰ ਤਾਂ ਉਹ ਪਹਿਲਾਂ ਸਹੀ ਲੱਗਦਾ, ਕੇਸਰੀ ਰੰਗ ਸਹੀ ਆ ਸਾਡਾ, ਭਗਵੇਂ ਰੰਗ ਨਾਲ ਤਾਂ ਮੈਦਾ ਨੀ, ਭਗਵਾਂ ਰੰਗ ਤਾਂ ਗੂੜਾ ਹੁੰਦਾ ਆ। ਮੇਰਾ ਇਹੀ ਖਿਆਲ ਸੀ ਵੀ ਸਾਡਾ ਕੇਸਰੀ ਰੰਗ ਰਹਿਣਾ ਚਾਹੀਦਾ ਜੀ। ਥੈਂਕਸ। ਜਿਹੜਾ ਹੈ ਉਹ ਸਰਬਾਈ ਨਹੀਂ, ਜਿਹੜਾ ਵੀ ਹੈ ਇਹ ਨਿਹੰਗਾਂ ਨੇ ਸ਼ੁਰੂ ਕੀਤਾ ਸੀ। ਨਿਹੰਗ ਕਦੋਂ ਆਇਆ ਗੁਰੂ ਮਹਾਰਾਜ ਵੇਲੇ ਸਾਨੂੰ, ਇਹ ਵੀ ਦੱਸਣ ਦੀ ਕੋਈ ਕੋਸ਼ਿਸ਼ ਕਰੇ। ਨਹੀਂ ਨਹੀਂ, ਤੁਸੀਂ ਦੱਸੋ ਕਿਹੜਾ ਰੰਗ ਸਵੀਕਾਰ ਆ ਤੁਹਾਨੂੰ? ਇਹੋ ਜਿਹੇ ਰੰਗਾਂ ਤੇ ਇਹੋ ਜਿਹੇ ਵਾਦ ਵਿਵਾਦ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਆ। ਸਾਨੂੰ ਪਤਾ ਇਹ ਕਿੰਨੇ ਲਿਆਕਤ ਵਾਲੇ ਆ, ਇਹ ਕਿਵੇਂ ਬਣੇ ਨੇ, ਇਹ ਸਭ ਸਾਨੂੰ। ਅਕਾਲ ਤਖ਼ਤ ਤੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਵੀ ਇਹ ਇੱਕ ਹੁਕਮ ਦਿੱਤਾ ਹੈ ਕਿ ਜਿਹੜਾ ਸਿੱਖਾਂ ਦਾ ਨਿਸ਼ਾਨ ਸਾਹਿਬ ਆ, ਜਿਹੜਾ ਕਿ ਬਹੁਤ ਮੁਤਬਰਕ, ਇੱਕ ਅਸੀਂ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਹਾਂ, ਔਰ ਪੰਜ ਸਿੰਘ ਸਾਹਿਬਾਨ ਨੇ ਜਿਹੜੀ ਉਹਨਾਂ ਦੀ ਕਲਰਜੀ ਆ, ਉਹਨਾਂ ਨੇ ਇਹ ਕਿਹਾ ਕਿ ਸਾਡੇ ਸਭ ਤੋਂ ਹਾਈਐਸਟ ਜਿਹੜੀ ਸੀਟ ਹੈ ਉੱਥੋਂ ਹੁਕਮ ਆਇਆ ਕਿ ਹੁਣ ਨਿਸ਼ਾਨ ਸਾਹਿਬ ਦਾ ਚੋਲਾ ਜਿਹੜਾ ਉਹ ਕੇਸਰੀ ਹੋਣ ਦੀ ਬਜਾਏ ਜਿਹੜਾ ਬਸੰਤੀ ਹੋਇਆ ਕਰੇ ਜਾਂ ਸੁਰਮਈ ਹੋਇਆ ਕਰੇ। ਇਹ ਚੋਲਾ ਕੁਛ ਲੋਕਾਂ ਦਾ ਕਹਿਣਾ ਕਿ ਇਸ ਕਰਕੇ ਬਦਲਿਆ ਜਾ ਰਿਹਾ, ਰੰਗ ਇਸ ਕਰਕੇ ਬਦਲਿਆ ਜਾ ਰਿਹਾ ਕਿਉਂਕਿ ਜਿਹੜਾ ਭਗਵਾ ਜਿਹੜਾ ਇਸ ਤਰ੍ਹਾਂ ਦਾ ਕੇਸਰੀ ਰੰਗ ਆ ਉਹ BJP ਨੇ ਅਡੋਪਟ ਕਰ ਲਿਆ ਹੈ। ਕਿ ਰੰਗਾਂ ਦੇ ਵਿੱਚ ਵੀ ਕੋਈ ਇਸ ਕਿਸਮ ਦੀ ਵੰਡ ਪੈ ਸਕਦੀ ਹੈ ਜਿਹੜੀ ਕਿ ਵੱਖ ਵੱਖ ਧਰਮਾਂ ਦੇ ਵੱਖ ਵੱਖ ਰੰਗ ਹੋ ਜਾਣ?
ਪਰ ਉਹ ਕਹਿੰਦੇ ਕਿ ਜਿਹੜੀ ਨਿਸ਼ਾਨ ਸਾਹਿਬ ਦੀ ਖਾਸ ਤੌਰ ਦੇ ਉੱਤੇ ਰੰਗਤ ਹੈ ਇਹ ਬਹੁਤ ਇੰਪੋਰਟੈਂਟ ਹੈ, ਸੋ ਹੁਕਮ ਜਿਹੜਾ ਇਹ ਉੱਥੋਂ ਅਕਾਲ ਤਖ਼ਤ ਸਾਹਿਬ ਤੋਂ ਆਇਆ ਹੈ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤੁਸੀਂ ਆਪਣੀ ਓਪੀਨੀਅਨ ਜ਼ਰੂਰ ਦੇ ਦੇਣਾ ਕਿ ਕੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਤਬਦੀਲੀ ਜਿਹੜੀ ਉਹ ਆ ਜਾਏਗੀ, ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੈ, ਪ੍ਰਬੰਧਕ ਕਮੇਟੀ ਆ SGPC, ਹੁਣ ਦਿੱਲੀ ਦੀ ਅੱਡ ਹੈ, ਹਰਿਆਣੇ ਦੀ ਅੱਡ ਹੈ, ਪਰ ਇਹ ਹੁਕਮ ਮੇਰਾ ਖਿਆਲ ਹੈ ਅਕਾਲ ਤਖ਼ਤ ਦਾ ਹੈ, ਇਹ ਜਿਹੜਾ ਸਾਰਿਆਂ ਨੂੰ ਮੰਨਣਾ ਪਵੇਗਾ, ਸਾਰਿਆਂ ਨੂੰ ਮੰਨਣਾ ਹੋਵੇਗਾ। ਸੋ ਇਸ ਦੇ ਵਿੱਚ ਰੰਗ ਕਿੰਨਾ ਕੁ ਮੈਟਰ ਕਰਦਾ ਆਮ ਸਿੱਖ ਲਈ, ਇਹ ਰੰਗ ਬਦਲਣਾ ਬਿਲਕੁਲ ਠੀਕ ਫੈਸਲਾ, ਜਾਂ ਤੁਸੀਂ ਸਮਝਦੇ ਹੋ ਕਿ ਇਸ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ? ਸ਼ਰਧਾ ਤਾਂ ਉਨੀ ਹੀ ਉਸੇ ਤਰੀਕੇ ਨਾਲ ਰਹਿਣੀ ਹੈ, ਪਰ ਇਹ ਕੱਲ੍ਹ ਦੀ ਗੱਲ ਜਿਹੜੀ ਹੈ ਬਹੁਤ ਪੱਖੀ ਹੋਈ ਹੈ। ਰਹਿਤ ਮਰਿਆਦਾ ਦੇ ਅਨੁਸਾਰ ਇਹ ਦੱਸਿਆ ਗਿਆ ਕਿ ਇਹ ਬਹੁਤ ਜ਼ਰੂਰੀ ਸੀ ਕਿ ਇਸ ਦੇ ਵਿੱਚ ਤਬਦੀਲੀ ਕੀਤੀ ਜਾਂਦੀ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? 604-591-9311 ਸਾਡਾ ਟੈਲੀਫੋਨ ਨੰਬਰ ਹੈ। ਸਭ ਤੋਂ ਪਹਿਲਾਂ ਸਾਡੇ ਕਾਲਰ ਨੇ ਸਰ ਲਾਲਜੋਤ ਸਿੰਘ, ਸਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਨਯੋਗ ਅਤੇ ਮੇਜ਼ਬਾਨ ਹੋਰ ਜੀ ਅਤੇ ਆਪ ਜੀ ਦੇ ਸ਼ੋਅ ਦੇ ਸਾਰੇ ਲਿਸਨਰ ਨੂੰ ਸਤਿਕਾਰ ਪਿਆਰ ਸਰ, ਸਤਿ ਸ਼੍ਰੀ ਅਕਾਲ। ਦੇਖੋ ਮੈਂ ਤਾਂ ਇਹਨਾਂ ਚੀਜ਼ਾਂ ਦਾ ਧਾਰਨੀ ਹਾਂ ਵੀ ਜਿਹੜੀਆਂ ਗੱਲਾਂ ਭਾਈ ਗੁਰਦਾਸ ਜੀ ਨੇ ਵਾਰਾਂ 'ਚ ਅੰਕਿਤ ਕੀਤੀਆਂ ਹੋਈਆਂ ਜਾਂ ਸਾਡੇ ਗੁਰ ਇਤਿਹਾਸ ਦੇ ਵਿੱਚ ਵਾ, ਮੈਂ ਜਥੇਦਾਰਾਂ ਦੀ ਗੱਲਾਂ ਸਹਿਮਤ ਜਾਂ ਅਸਹਿਮਤੀ ਦਾ ਕੋਈ ਮੇਰਾ ਲੈਣਾ ਦੇਣਾ ਨਹੀਂ। ਕਿਉਂਕਿ ਭਾਈ ਗੁਰਦਾਸ ਜੀ ਨੇ ਲਿਖਿਆ, ਇਉਂ ਉਪਜੇ ਸਿੰਘ ਭਜੰਗੀਏ ਨਿਲੰਬਰ ਧਾਰਾ, ਨੀਲੇ ਰੰਗ ਦੀ ਧਾਰ ਅਸਮਾਨ ਦੇ ਵਿੱਚ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਦਾ ਦੇ ਵਿੱਚ ਜਿਹੜਾ ਬਾਣਾ ਸੀ ਨਾ, ਅੰਮ੍ਰਿਤ ਦੀ ਦਾਤ ਪੌਲ ਦੇਣ ਲੱਗਿਆਂ ਨੀਲੇ ਸੁਰਮਤੀ ਰੰਗ ਦਾ ਸੀ। ਇਸ ਕਰਕੇ ਨਿਸ਼ਾਨ ਸਾਹਿਬ ਵੀ ਛੇਵੇਂ ਪਾਤਸ਼ਾਹ ਜੇ ਦੋਨੋਂ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਦੇ ਨੀਲੇ ਹੀ ਝੋਲੇ ਆ। ਇਸ ਕਰਕੇ ਵੀ ਇਹ ਰੰਗ ਜਿਹੜਾ ਹੈਗਾ ਨੀਲਾ ਹੀ ਪ੍ਰਵਾਨਿਤ ਆ। ਆ ਜਿਹੜਾ ਇੱਕ ਹੋਰ ਨਾਲ ਕੇਸਰੀ ਸੀ ਕੇਸਰ ਵਾਲਾ, ਇਹਨੂੰ ਹਨੂੰਮਾਨ ਦੇ ਨਾਲ ਜੋੜਿਆ ਜਾਂਦਾ, ਜਾਂ ਇੱਕ ਬਸੰਤੀ ਆ, ਬਸੰਤੀ ਵੀ ਨਹੀਂ, ਸਿਰਫ ਤੇ ਸਿਰਫ ਜਿਹੜਾ ਨਿਲੰਬਰ ਧਾਰਾ ਨੀਲ ਬਸਤਰਾਂ ਵਾਲਾ ਰੰਗ ਵਾ, ਇਹੀ ਹੀ ਪ੍ਰਵਾਨਿਤ ਆ। ਕਿਉਂਕਿ ਇਹ ਰੰਗ ਸੂਫੀ ਫਕੀਰਾਂ ਦਾ ਵੀ ਆ ਵੀ ਨੀਲ ਬਸਤਰ ਦੇ ਕੱਪੜੇ ਪਹਿਰੇ, ਮਤਲਬ ਤੁਸੀਂ ਨੀਲੇ ਰੰਗ ਦੇ ਜਿਹੜਾ ਸਰਮਈ ਆ ਉਹਦੇ ਹੱਕ ਚੋ, ਜਿਹੜਾ ਨਿਲੰਬਰ ਧਾਰਾ ਤੁਸੀਂ ਦੇਖਿਆ ਜੋ ਕਾਲੀਆਂ ਘਟਾਂ ਚੜੀਆਂ ਹੋਣ ਵਿੱਚ ਇੱਕ ਧਾਰ ਦੀਦੀ ਹੁੰਦੀ ਆ, ਨਿਲੰਬਰ ਨੀਲੇ ਗੂੜੇ ਸੁਰਮਰੇ, ਉੱਥੋਂ ਗੁਰੂ ਸਾਹਿਬ ਨੇ ਇਹ ਰੰਗ ਚੁਣਿਆ ਆਕਾਸ਼, ਕਿਉਂਕਿ ਪੰਜ ਤੱਤ ਦਾ ਸਿਧਾਂਤ ਵਾ, ਪੰਜ ਹੀ ਪ੍ਰਵਾਨੀ ਆ, ਪੰਜ ਤੱਤਾਂ ਦਾ ਬੰਦਾ ਵਾ, ਪੰਜਾਂ ਤੱਤਾਂ ਦੇ ਵਿੱਚੋਂ ਹੀ ਤੱਤ ਲੈ ਕੇ ਪੰਜ ਪਿਆਰਿਆਂ ਨੂੰ ਸਿਰਜਿਆ ਗਿਆ। ਮੈਂ ਥੈਂਕ ਯੂ ਸਰ। ਨਰਿੰਦਰ ਜੀ, ਹਾਂਜੀ, ਇਹ ਹੁਕਮਨਾਮਾ ਜਾਂ ਰੈਕਮੈਂਡੇਸ਼ਨ ਆ? ਹੁਕਮਨਾਮਾ ਚੁੱਕਣੇ ਚਾਹੀਦੇ, ਉਹਨਾਂ ਦੇ ਆਪ ਹੁਣ ਗੁਰਦੁਆਰੇ ਟੇਬਲ ਚੇਹਰਾ ਪਏ ਆ, ਉਹਨਾਂ ਦੇ ਆਪ ਦੇ ਕਮੇਟੀ ਪ੍ਰਧਾਨ ਜਾਂ ਵਾਈਸ ਜਿਹੜੇ ਮਰਜ਼ੀ ਹੋ ਜਾਣ ਚੋ, ਉਹਨਾਂ ਦੇ ਫੈਮਿਲੀ ਮੈਂਬਰ ਆਪ ਟੇਬਲ ਚੇਹਰਾ ਤੇ ਬਹਿ ਕੇ ਰੋਟੀ ਖਾਂਦੇ ਆ, ਤੇ ਦੂਜੇ ਮਾੜੇ ਬਣਾ ਤੇ ਉਹਨਾਂ ਨੇ। ਫਿਰ ਹੁਕਮਨਾਮਾ ਆ ਗਿਆ ਵੀ ਤੁਸੀਂ ਬੀਚਾਂ 'ਚ ਵਿਆਹ ਨਹੀਂ ਕਰ ਸਕਦੇ, ਉਹਨਾਂ ਦੇ ਆਪ ਦੇ ਨਿਆਣੇ ਜਾ ਕੇ ਬੀਚਾਂ 'ਚ ਵਿਆਹ ਕਰਾਉਂਦੇ ਆ। ਲੋਕਾਂ ਲਈ ਹੁਕਮਨਾਮਾ, ਪਰ ਆਪ ਦੇ ਤੁਸੀਂ ਲੀਡਰਸ਼ਿਪਾਂ 'ਚ ਆ, ਫਿਰ ਉਹਨਾਂ ਲਈ ਤਾਂ ਰੈਕਮੈਂਡੇਸ਼ਨ ਆ ਜਾਂਦੀ ਆ। ਤਾਂ ਮੈਂ ਤੁਹਾਨੂੰ ਪੁੱਛੀ ਰੈਕਮੈਂਡੇਸ਼ਨ ਆ, ਪਰ ਜਿੱਦਾਂ ਜਿਹੜਾ ਐਡਿਕਟ ਆ ਅਕਾਲ ਤਖ਼ਤ ਸਾਹਿਬ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਲਿਖ ਕੇ ਭੇਜਿਆ ਲਿਖਤੀ ਰੂਪ ਦੇ ਵਿੱਚ। ਖੈਰ, ਸਰ ਨਿਰਮਲ ਸਿੰਘ ਜੀ,
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ। ਮੇਰੇ ਵਿਚਾਰ ਤਾਂ ਇਹੋ ਹੈ ਜੀ, ਜਿਹੜੇ ਇਹ ਦੋ ਰੰਗਾਂ ਦਾ ਜ਼ਿਕਰ ਹੋ ਰਿਹਾ, ਇਹ ਪੁਰਾਤਨ ਰਹਿਤ ਮਰਿਆਦਾ ਦੇ ਵਿੱਚ ਵੀ ਜ਼ਿਕਰ ਹੈ ਵੀ ਦੋ ਰੰਗਾਂ ਦੇ ਨਿਸ਼ਾਨ ਸਾਹਿਬ ਨੂੰ ਪਛਾਕੇ ਚੜਾਏ ਜਾਣ। ਉਹ ਹੁਣ ਸਮਾਂ ਪੈਂਦੇ ਪੈਂਦੇ ਰੰਗ ਚੇਂਜ ਹੋ ਗਿਆ, ਉਹਨੂੰ ਬਸੰਤੀ ਰੰਗ ਕਿਹਾ ਜਾ ਰਿਹਾ, ਉਹਨੂੰ ਹਿੰਦੂਆਂ ਨਾਲ ਜੋੜਿਆ ਜਾ ਰਿਹਾ ਜਾਂ ਭਗਵਾਂ ਕਿਹਾ ਜਾ ਰਿਹਾ, ਇਹੋ ਜਿਹੀ ਕਿਸੇ ਗੱਲ ਦਾ ਜ਼ਿਕਰ ਨਹੀਂ ਹੈਗਾ। ਜਿਹੜਾ ਪੱਤਰ ਵੀ ਜਾਰੀ ਕੀਤਾ ਗਿਆ ਉਹਦੇ ਵਿੱਚ ਵੀ ਸਿਰਫ ਇੰਨਾ ਲਿਖਿਆ ਗਿਆ ਕਿ ਦੋ ਰੰਗ ਦੇ ਪਛਾਕੇ ਚੜਾਏ ਜਾਣ, ਕੋਈ ਭਗਵੇਂ ਦੇ ਜਾਂ ਹੋਰ ਨਹੀਂ ਜ਼ਿਕਰ ਕੀਤਾ ਜਾ ਰਿਹਾ। ਉਸ ਚੀਜ਼ ਨੂੰ ਜਾਣ ਕੇ ਕੰਟਰੋਵਰਸੀ ਬਣਾ ਰਿਹਾ ਜਾ ਰਿਹਾ, ਲੋਕ ਆਪੋ ਆਪਣੀ ਸਿਆਣਪ ਦੇ ਰਹੇ ਨੇ, ਸਿਰਫ ਇੰਨਾ ਜ਼ਿਕਰ ਹੈ ਕਿ ਦੋ ਰੰਗ ਹੀ ਚੜਾਏ ਜਾਣ, ਬਸ ਇੰਨੀ ਗੱਲ ਹੀ ਹੈ ਜੀ। ਬਿਲਕੁਲ ਸਹੀ ਗੱਲ ਤੁਹਾਡੀ ਇਹ, ਪਰ ਜਦੋਂ ਇਹ ਕਿਹਾ ਜਾਂਦਾ ਕਿ ਹੁਣ ਜਿਹੜਾ ਪਹਿਲਾਂ ਕੇਸਰੀ ਰੰਗ ਸੀ ਉਸ ਦੀ ਬਜਾਏ ਬਸੰਤੀ ਰੰਗ ਜਾਂ ਸਰਮਈ ਰੰਗ ਦਾ ਚੋਲਾ ਚੜਾਇਆ ਜਾਏ, ਫਿਰ ਇਹ ਗੱਲ ਤਾਂ ਸਾਫ਼ ਜ਼ਾਹਰ ਹੈ ਨਾ ਕਿ ਜਿਹੜਾ ਪਹਿਲਾਂ ਅਸੀਂ ਤਾਂ ਜਦੋਂ ਮੇਰੀ ਸੁਰਤ ਸੰਭਲੀ ਅਸੀਂ ਤਾਂ ਉਹੀ ਦੇਖਦੇ ਆ ਰਹੇ ਹਾਂ, ਹੁਣ ਇਹ ਤਬਦੀਲੀ ਮੇਰਾ ਖਿਆਲ ਜ਼ਰੂਰ ਹੋਏਗੀ ਕਿਉਂਕਿ ਹੁਕਮ ਆ ਗਿਆ। ਸਤਿ ਤਰਸੇਮ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੋਈ ਫਰਕ ਨਹੀਂ ਪੈਂਦਾ ਬਾਈ ਜੀ, ਇਨਸਾਨ ਨੂੰ ਚੇਂਜ ਹੋਣਾ ਚਾਹੀਦਾ ਹੈਗਾ, ਦਲੀਲਾਂ ਠੀਕ ਹੋਣੀਆਂ ਚਾਹੀਦੀਆਂ, ਸੱਚ ਬੋਲਣਾ ਚਾਹੀਦਾ ਹੈਗਾ, ਸੱਚ ਦੇ ਨਾਲ ਜੁੜਨਾ ਚਾਹੀਦਾ, ਰੰਗਾਂ ਦੇ ਵਿੱਚ ਕੁਛ ਨਹੀਂ ਰੱਖਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਜਸਥਾਨੀ ਸਾਹਿਬ ਲਾਈਨ 4। ਰਾਜਪੂਤ ਲੋਕਾਂ ਦਾ ਸੀ ਬਹੁਤ ਪੁਰਾਣਾ, ਸਦੀਆਂ ਤੋਂ ਕੇਸਰੀ, ਤੇ ਆਪਣੇ ਵੀ ਖਾਲਸਾ ਰਾਜ ਆਇਆ ਉਹਦਾ ਵੀ ਝੰਡਾ ਚੜ੍ਹਦਾ ਸੀਗਾ ਖਾਲਸਾ ਰਾਜ ਦਾ, ਤੇ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਏ ਸਾਰੇ ਇਹ ਜਿੰਨੇ ਵੀ ਨਿਸ਼ਾਨ ਹੈਗੇ ਆ ਗੁਰੂਆਂ ਤੋਂ, ਤੇ ਵਿਰਸੇ ਚ ਸਾਨੂੰ ਮਿਲੇ ਹੈਗੇ ਆ। ਹੁਣ ਇਹ ਜਿਹੜਾ ਅਕਾਲ ਤਖ਼ਤ ਹੁਕਮਨਾਮਾ, ਚਲੋ ਸਾਨੂੰ ਮੰਨਣਾ ਪੈਣਾ ਕਿਉਂਕਿ ਅਸੀਂ ਮੰਨਦੇ ਹਾਂ ਅਕਾਲ ਤਖ਼ਤ ਨੂੰ, ਪਰ ਉੱਥੇ ਵੀ ਭੰਬਲ ਭੂਸਾ ਪਿਆ ਹੋਇਆ ਅਕਾਲ ਤਖ਼ਤ ਦੇ ਜਥੇਦਾਰ ਦਾ, ਚਨਾਬ ਦਾ ਹਾਹਾਕਾਰ ਮੱਚੀ ਪਈ ਆ ਵੀ ਤੁਸੀਂ ਬਾਦਲ ਦੇ ਚਮਚੇ ਸਾਰੇ ਸਾਰੇ ਬਦਲੋ ਸਭ ਨੂੰ, ਤੇ ਕਈ ਕੁਛ ਹੋ ਰਿਹਾ ਉੱਥੇ, ਪਤਾ ਨਹੀਂ ਹਜੇ ਕੋਈ ਕੀ ਡਿਸੀਜਨ। ਚਲੋ ਉਹ ਤਾਂ ਦੇਖੀ ਜਾਏਗੀ, ਪਰ ਜਿਹੜਾ ਨਿਸ਼ਾਨ ਸਾਹਿਬ ਦਾ ਚੋਲੇ ਦਾ ਰੰਗ ਦੀ ਗੱਲ ਚੱਲੀ ਆ, ਹੁਕਮ ਆਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹਦੇ 'ਚ ਇੱਦਾਂ ਹੋਜੂਗਾ ਵੀ ਜਿਹੜੀ ਭਗਵਾਨ ਤਾਂ ਹੁਣ ਬੀਜੇਪੀ ਦਾ ਕਮਲ ਦਾ ਫੁੱਲ ਆ, ਸਾਡਾ ਜਿਹੜਾ ਕਮਲ ਦਾ ਫੁੱਲ ਆ ਉਹਦਾ ਤਾਂ ਕੋਈ ਰੰਗ ਨਹੀਂ, ਉਹ ਤਾਂ ਫੁੱਲ ਗੁਲਾਬ ਦਾ ਇੱਕ ਕਮਲ ਦਾ ਫੁੱਲ, ਤੇ ਭਗਵਾਂ ਦਾ ਉਹ ਭਗਵਾਂ ਤਾਂ ਐਵੇਂ ਲਫ਼ਜ਼ ਸ਼ੁਰੂ ਕਰ ਰੱਖਿਆ ਭਗਵਾਂ, ਯੋਗੀਆਂ ਦਾ ਰੰਗ ਹੁੰਦਾ ਸੀ ਭਗਵਾਂ ਕੱਪੜੇ ਪਾਉਂਦੇ ਯੋਗੀ, ਤੇ ਇਹ ਹੁਣ ਤਬਦੀਲੀ ਆਉਣੀ ਹੈਗੀ, ਮੰਨਣਾ ਪੈਣਾ ਆਪਾਂ ਨੂੰ ਜੋ ਹੁਕਮ ਹੋਊਗਾ ਅਕਾਲ ਤਖ਼ਤ ਦਾ, ਇਹ ਵਿਚਾਰ ਹੈ। ਥੈਂਕ ਯੂ ਜੀ। ਹੁਣ ਇੱਕ ਗੱਲ ਜਿਹੜੀ ਆ ਉਹ ਬੜੀ ਚੁਭ ਰਹੀ ਹੈ ਇੱਕ ਸਧਾਰਨ ਇਨਸਾਨ ਨੂੰ ਕਿ ਰੰਗਾਂ ਦੇ ਆਧਾਰ 'ਤੇ ਧਰਮ ਵੰਡਿਆ ਜਾਏਗਾ। ਅਸੀਂ ਜਾਨਵਰਾਂ ਨੂੰ ਵੰਡ ਦਿੱਤਾ ਧਰਮ ਦੇ ਆਧਾਰ 'ਤੇ, ਗਊ ਹਿੰਦੂਆਂ ਦੀ ਹੈ ਜੀ, ਸੂਰ ਫਲਾਨੇ ਦਾ ਜੀ, ਫਲਾਨਾ ਜਾਨਵਰ ਫਲਾਨੇ ਦਾ, ਫੁੱਲਾਂ ਨੂੰ ਵੰਡ ਦਿੱਤਾ ਕਿ ਕਮਲ ਦਾ ਫੁੱਲ ਹੁਣ ਹਿੰਦੂਆਂ ਦਾ, ਗੇਂਦੇ ਦਾ ਫੁੱਲ ਸਿੱਖਾਂ ਦਾ, ਗੁਲਾਬ ਦਾ ਫੁੱਲ। ਆਈ ਮੀਨ ਇਹ ਕਿੱਥੇ ਜਾ ਕੇ ਗੱਲ ਰੁਕੇਗੀ? ਰੰਗ ਅਸੀਂ ਵੰਡ ਦਿੱਤੇ, ਹਰਾ ਰੰਗ ਮੁਸਲਮਾਨਾਂ ਦਾ, ਚਲੋ ਨੀਲਾ ਜਾਂ ਬਸੰਤੀ ਰੰਗ ਜਾਂ ਹੋਰ ਜਿਹੜੇ ਰੰਗ ਸਾਡੇ ਰਹੇ ਆ ਉਹ ਸਿੱਖਾਂ ਦੇ ਆ, ਕ੍ਰਿਸ਼ਨਾਂ ਦਾ ਰੰਗ ਹੋਰ ਆ, ਇਹ ਰੰਗਾਂ ਦੇ ਆਧਾਰ 'ਤੇ ਜਾ ਕੇ ਧਰਮ ਸਾਰੇ ਹੀ ਬੈਟਰ ਇਨਸਾਨ ਵਧੀਆ ਇਨਸਾਨ ਬਣਨ ਦੀ ਪ੍ਰੇਰਨਾ ਦੇ ਰਹੇ ਨੇ। ਮੇਰਾ ਖਿਆਲ ਕੋਈ ਕੱਲ੍ਹ ਦੱਸੇਗਾ ਜ਼ਰੂਰ ਵੀ ਅਸੀਂ ਤੁਰ ਕਿੱਧਰ ਨੂੰ ਪਏ ਹਾਂ। ਸਰਦਾਰ ਕੁਲਦੀਪ ਸਿੰਘ ਸੇਖੋਂ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਜਿਹੜਾ ਸਰਮਈ ਰੰਗ ਹੈ ਨਾ, ਜੇ ਆਪਾਂ ਜਦੋਂ ਬਿਲਕੁਲ ਕਲੀਅਰ ਆਕਾਸ਼ ਹੁੰਦਾ
ਉਹ ਬ੍ਰਹਿਮੰਡ ਦਾ ਕਲਰ ਆ ਤੇ ਉਹਦਾ ਰੀਪ੍ਰੈਜੈਂਟੇਟ ਆ। ਜਦੋਂ ਨਾ ਇੱਕ ਵਾਰੀ ਯੁੱਧ ਹੋ ਰਿਹਾ ਸੀਗਾ ਤੇ ਸਿੱਖਾਂ ਦਾ ਨਿਸ਼ਾਨ ਸਾਹਿਬ ਡਿੱਗ ਪਿਆ ਤਾਂ ਗੁਰਸਿੱਖ ਨੇ ਆਪਣਾ ਪਾੜ ਕੇ ਜਿਹੜਾ ਫਰਲਾ ਸੀਗਾ ਉਹ ਬਰਸ਼ੇ ਦੇ ਬੰਨ ਕੇ ਝੰਡਾ ਬਰਕਰਾਰ ਰੱਖਿਆ। ਉੱਥੋਂ ਇਹ ਵੀ ਜਿੱਦਾਂ ਹੋਈ ਆ ਅੱਜ ਕੱਲ੍ਹ ਜੋ ਨਿਹੰਗ ਸਿੰਘ ਆ ਉਹ ਬਿਲਕੁਲ ਹੀ ਸਰਮਈ ਕੱਪੜੇ ਪਾਉਂਦੇ ਆ, ਉਹਨਾਂ ਦਾ ਨਿਸ਼ਾਨ ਸਾਹਿਬ ਵੀ ਸਰਮਈ ਹੁੰਦਾ ਜਿਹੜਾ ਐਕਚੁਲੀ ਨਾ ਬਸੰਤੀ ਰੰਗ ਸੀਗਾ ਕੇਸਰੀ ਰੰਗ ਜਾਂ ਕਹਿ ਲਓ ਉਹਨੂੰ ਥੋੜਾ ਜਿਹਾ ਭਗਵਾਂ ਕਰਾਰ ਦੇਤਾ, ਹੁਣ ਗੇਰੂਆ ਜਿਹਾ ਬਣਾ ਦਿੱਤਾ ਉਹਨੂੰ। ਉਹ ਰੰਗ ਜਿਹੜੇ ਹੈਗੇ ਉਹ ਸਾਡੇ ਵਿੱਚ ਜਿੱਦਾਂ ਵੀ ਮਤਲਬ ਨਾ ਲੋਕਾਂ ਦੇ ਮਨ ਦੇ ਵਿੱਚ ਗੇਰੂਆ ਸ਼ਬਦ ਨਾ ਵਰਤੋ ਇੱਕ ਸਪੈਟ ਆ ਉਹ ਸਾਡੇ ਵਿੱਚ ਦੂਜੇ ਧਰਮਾਂ ਕਰ ਰਹੇ ਹੌਲੀ ਹੌਲੀ ਉਹਨੂੰ ਬਸੰਤੀ ਰੰਗ ਜਾਂ ਆਪਣਾ ਕਦੇ ਕੁਛ ਕਹਿ ਦਿੰਦਾ ਕਦੇ ਕੁਛ। ਤੇ ਸਿੱਖਾਂ ਨੂੰ ਜਿਹੜਾ ਜਿਹੜੇ ਸਿੰਘ ਸਭਾ ਗੁਰਦੁਆਰਾ ਇੱਥੇ ਆਪਣੇ ਜੀ 132 ਦੇ ਆ ਉੱਥੇ ਨੀਲੇ ਰੰਗ ਦਾ ਉਹਨਾਂ ਦਾ ਵਸਤਰ ਪਹਿਨਾਏ ਹੋਏ ਆ ਜੀ। ਤੇ ਬਾਕੀ ਜਿਹੜੀ ਹੈਗੀ ਗੱਲ ਸਿੱਖਾਂ ਦਾ ਉਹ ਸੁਖਬੀਰ ਬਾਦਲ ਵਾਲਾ ਜਿਹੜਾ ਉੱਥੇ ਪੇਸ਼ ਹੋਏ ਵਾਲਾ ਕੰਮ ਆ ਉਹਨੂੰ ਡਾਈਵਰਟ ਕਰਨ ਨੂੰ ਇਹ ਕੀਤਾ ਗਿਆ, ਲੋਕਾਂ ਦੇ ਵਿੱਚ ਕੋਈ ਇਹਦਾ ਬੜਾ ਅਸਰ ਨਹੀਂ ਹੋਣਾ। ਧੰਨਵਾਦ ਜੀ। ਥੈਂਕ ਯੂ ਜੀ। ਸਰ ਰਸ਼ਪਾਲ ਸਿੰਘ ਬਾਕੀ ਆਮ ਜਿਹੜਾ ਉਹਨੂੰ ਮਤਲਬ ਭਗਵਾਂ ਕਹਿ ਲਓ ਜਾਂ ਜਿਹੜਾ ਰੰਗ ਮਰਜ਼ੀ ਕਹਿ ਲਓ ਸਾਰੀ ਦੁਨੀਆਂ ਤੇ ਨਿਸ਼ਾਨ ਸਭ ਝੁਲਦੇ ਆ ਉਹ। ਇਹਦਾ ਮਤਲਬ ਜਿੱਦਾਂ ਤੁਸੀਂ ਕਿਹਾ ਵੀ ਧਰਮਾਂ ਨੂੰ ਰੰਗਾਂ ਨਾਲ ਵੰਡਣ ਵਾਲੀ ਗੱਲ ਆ, ਜੇ ਫਰਜ਼ ਕਰ ਲਓ ਇਹਨਾਂ ਨੇ ਮਤਲਬ ਉਸ ਰੰਗ ਤੋਂ ਮਤਲਬ ਇਹਨਾਂ ਨੇ ਛੁਟਕਾਰਾ ਪਾਉਣਾ ਆ ਤਾਂ ਜੇ ਬੀਜੇਪੀ ਨੇ ਦੂਜਾ ਇਹਨਾਂ ਵਾਲਾ ਰੰਗ ਅਡੋਪਟ ਕਰ ਲਿਆ ਫੇਰ ਹੀ ਕਰਨਗੇ। ਥੈਂਕ ਯੂ ਜੀ। ਇਟਸ ਅ ਗੁੱਡ ਕੁਐਸਚਨ। ਗੈਰੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਰੰਗਾਂ 'ਚ ਫਰਕ ਤਾਂ ਪਿਆ ਜੀ ਇੱਥੇ, ਮੈਂ ਹੁਣ ਇੱਦਾਂ ਤਾਂ ਨਹੀਂ ਕਹਿੰਦਾ ਬਈ ਜੋ ਅਕਾਲ ਤਖ਼ਤ ਸਾਹਿਬ ਨੇ ਹੁਕਮ ਦਿੱਤਾ ਉਹ ਮੰਨਣਾ ਚਾਹੀਦਾ ਸਾਰਿਆਂ ਨੂੰ, ਇਹ ਤਾਂ ਜੀ ਸਿੱਖ ਦੀ ਰੀਤ ਆ ਸਿੱਖੀ ਦੀ। ਪਰ ਜੀ ਇੱਥੇ ਸਾਡੇ ਲਾਗੇ ਇੱਕ ਮੰਦਿਰ ਆ, ਮੈਨੂੰ ਉੱਥੇ 20 ਸਾਲ ਹੋ ਗਏ ਦੇਖਦੇ ਨੂੰ, ਉੱਥੇ ਲਾਲ ਰੰਗ ਦਾ ਝੰਡਾ ਹੁੰਦਾ ਸੀਗਾ ਜੀ। ਜਦ ਦਾ ਹੁਣ ਇੰਡੀਆ 'ਚ ਰਾਮ ਮੰਦਿਰ ਬਣਿਆ ਉੱਥੇ ਉਹਨਾਂ ਨੇ ਭਗਵੇਂ ਰੰਗ ਦਾ ਝੰਡਾ ਬਦਲ ਦਿੱਤਾ। ਕਿਹੜੇ ਰੰਗ ਦਾ? ਇੱਕ ਦੋ ਦਿਨ ਇਹ ਜਿਹੜਾ ਆਪਣਾ ਨਿਸ਼ਾਨ ਸਾਹਿਬ ਵਾਲਾ ਕਲਰ ਹੁੰਦਾ ਜੀ। ਅੱਛਾ ਹਾਂਜੀ, ਮੈਨੂੰ ਸਮਾਂ ਆਪ ਭੁਲੇਖਾ ਪਿਆ, ਮੈਂ ਨਾਲ ਗੱਲ ਕੀਤੀ, ਮੈਂ ਕਿਹਾ ਅੱਗੇ ਤਾਂ ਲਾਲ ਝੰਡਾ ਹੁੰਦਾ ਸੀ ਇਸ ਮੰਦਿਰ ਦੇ ਵਿੱਚ, ਵੀ ਹੁਣ ਇਹਨਾਂ ਨੇ ਰੰਗ ਬਦਲ ਦਿੱਤਾ। ਤੇ ਸ਼ਾਇਦ ਇਸੇ ਕਰਕੇ ਅਕਾਲ ਤਖ਼ਤ ਸਾਹਿਬ ਨੇ ਵੀ ਕੋਈ ਨੋਟਿਸ ਕੀਤਾ ਹੋਊਗਾ ਵੀ ਰੰਗ ਬਦਲ ਰਹੇ ਆ ਤਾਂ ਵੀ ਆਪਣਾ ਰੰਗ ਮਿਕਸ ਨਾ ਹੋਵੇ ਨਾਲ ਕਿਸੇ ਦੇ। ਨਾ ਨਾ, ਅਸੀਂ ਇੱਥੋਂ ਬਾਕਾਇਦਾ ਤੌਰ 'ਤੇ ਹਰ ਨਗਰ ਕੀਰਤਨ ਦੇ ਵਿੱਚ ਕਹਿੰਦੇ ਰਹਿੰਦੇ ਹਾਂ ਵੀ ਕੇਸਰੀ ਪੱਗਾਂ ਬੰਨ੍ਹ ਕੇ ਆਇਓ, ਕੇਸਰੀ ਚੁੰਨੀਆਂ ਲੈ ਕੇ ਆਇਓ। ਆਪਣੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ ਲੀਡਰਸ਼ਿਪ ਇੱਥੋਂ ਆ ਕੇ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਵਾਰ ਵਾਰ ਹੋਕਾ ਦਿੰਦੇ ਰਹੇ ਹਾਂ, ਕਿਉਂਕਿ ਇਹ ਸਿੱਖਾਂ ਦਾ ਰੰਗ ਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲਾਲ ਰੰਗ ਜਿਹੜਾ ਉਹ ਮੰਦਰਾਂ ਦੇ ਉੱਤੇ ਹਿੰਦੂਆਂ ਦਾ ਰੰਗ ਸੀ, ਹਰਾ ਰੰਗ ਉਹਨਾਂ ਨੇ ਬਣਾ ਲਿਆ ਇੱਕ ਮੁਸਲਮਾਨਾਂ ਦਾ ਰੰਗ ਆ। ਹੁਣ ਧਰਮ ਰੰਗਾਂ 'ਚ ਵੰਡੇ ਗਏ, ਜਿਹੜੀ ਧਰਮ ਦੀ ਅਸਲੀ ਸਿੱਖਿਆ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਰੰਗਾਂ ਵੱਲ ਬਹੁਤ ਧਿਆਨ ਦਿੱਤਾ ਜਾ ਰਿਹਾ। ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ? ਸਰ ਅਮਰਦੀਪ ਸਿੰਘ ਤੁਸੀਂ ਸ਼ਿਵ ਲਿੰਗ ਤੇ ਪਾਣੀ ਚੜਾਉਣ ਆ ਜਾਓ, ਫਿਰ ਤੁਸੀਂ ਸਾਰਾ ਕੁਛ ਕਰਨ ਆ ਜਾਓ ਤੇ ਗੁਰੂ ਸਾਹਿਬ ਨੂੰ ਕੀ ਲੋੜ ਪਈ ਸੀ ਬਖਰਾ ਧੰਨ ਜਨਾਉਣ ਦੀ? ਤੁਹਾਡੇ ਖਿਆਲ ਦੇ ਵਿੱਚ ਇਹ ਰੰਗ ਹੁਣ ਬਸੰਤੀ ਤੇ ਸਰਮਈ ਹੋਣਾ ਚਾਹੀਦਾ? ਬਸੰਤੀ ਤੇ ਸਰਮਈ ਜਿਹੜਾ ਖਾਲਸੇ ਦੇ ਰੰਗ ਇਹ ਨੇ ਜੀ, ਪੁਰਾਤਨ ਤੁਸੀਂ ਜਿਵੇਂ ਮਰਜ਼ੀ ਦੇਖ ਲਓ, ਤੁਸੀਂ ਇਤਿਹਾਸ ਇਤਿਹਾਸਕ ਹਵਾਲੇ ਦੇਖ ਲਓ, ਬਸੰਤੀ ਤੇ ਸਰਮਈ ਸੀ
ਇਹ ਪਤਾ ਨੀ ਕਿਹੜੀ ਸਾਜ਼ ਦੇ ਨਾਲ ਇਹਨਾਂ ਨੇ ਕੇਸਰੀ ਕੀਤਾ ਸੀ ਜਾਂ ਭਗਵਾ ਜਿਹਾ ਕੀਤਾ ਸੀ, ਇਹ ਸਾਰੇ ਆਰ ਐਸ ਐਸ ਵਿੱਚ ਬਾਣੀ ਹੋਈ ਆ ਲਿਆ ਲਿਆ ਕੇ ਬਾਅਦ ਉਹਨਾਂ ਨੇ, ਇਸੇ ਕਰਕੇ ਸਾਰਾ ਕੰਮ ਹੋਇਆ ਜੀ। ਥੈਂਕ ਯੂ। ਉਸ ਸਮੇਂ ਦੇ ਨੇ ਵੀ ਇਹ ਸਾਜ਼ਿਸ਼ ਹੈ। ਅਮਨ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਇਹੀ ਬਿਲੀਵ ਕਰਦੀ ਹਾਂ ਕਿ ਜਿਹੜਾ ਰੰਗ ਓਰੀਜਨਲ ਸੀਗਾ ਆਪਾਂ ਨੂੰ ਉਹੀ ਰੱਖਣਾ ਚਾਹੀਦਾ, ਤੇ ਪਰ ਆਪਾਂ ਨੂੰ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਗੱਲਾਂ ਉਹਨਾਂ ਵੱਲ ਧਿਆਨ ਦੇਖਣਾ ਚਾਹੀਦਾ। ਮੇਰਾ ਟੌਪਿਕ ਥੋੜ੍ਹਾ ਜਿਹਾ ਆਫ ਟੌਪਿਕ ਹੋ ਜਾਣਾ, ਬਿਕੋਜ਼ ਅਸੀਂ ਜ਼ਫਰਨਾਮਾ ਸ਼ੋਅ ਦੇਖਣ ਗਏ ਸੀਗੇ ਜਿਹੜਾ ਸਰੀ 'ਚ ਵੀ ਹੋਇਆ ਅਤੇ ਅੰਮ੍ਰਿਤਸਰ 'ਚ ਵੀ ਹੋਇਆ। ਉਹਦੇ 'ਚ ਜਿਹੜੀ ਉਹਨਾਂ ਨੇ ਲੋਕਾਂ ਦੇ ਟਾਈਮ ਦੀ ਬਰਬਾਦੀ ਕੀਤੀ, ਲਾਈਕ 6 ਵਜੇ ਤੋਂ 8 ਵਜੇ ਦਾ ਟਾਈਮ ਦੇ ਕੇ ਉਹਨਾਂ ਨੇ 7:40 'ਤੇ ਸ਼ੋਅ ਸ਼ੁਰੂ ਕੀਤਾ। ਚਲੋ ਆਪਾਂ ਬਾਅਦ 'ਚ ਗੱਲ ਕਰਾਂਗੇ ਜੀ, ਅੱਜ ਹੁਣ ਗੱਲਬਾਤ ਜਿਹੜੀ ਚੱਲ ਰਹੀ ਸੀ। ਦਲੀਪ ਜੀ ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਸੀਂ ਨਾ ਹੁਣੀ ਵਿੱਚ ਦੀ ਇੱਕ ਗੱਲ ਕਹੀ ਸੀ ਵੀ ਆਖਿਰ ਵੰਡੀਆਂ ਪਾਉਣਾ ਇਹ ਵੀ ਕਦ ਤੱਕ ਕਦ ਰੁਕੂਗਾ। ਹੈਲੋ, ਮੈਂ ਬੜੀ ਅਰਜਨ ਨਾਲ ਕਹਿਣਾ ਚਾਹੁੰਦਾ, ਇਹ ਮੈਂ ਹਰ ਇੱਕ ਰੰਗ ਦੇ ਸਨਮਾਨ ਕਰਦਾ ਤੇ, ਲੇਕਿਨ ਜਿਹੜਾ ਇੱਕ ਲਿਮਿਟ ਹੁੰਦੀ ਹੈ ਕਿ ਆਪਾਂ ਇਨਸਾਨੀਅਤ ਦੇ ਵਿੱਚ ਫਰਕ ਨਾ ਪਾਈਏ, ਆਪਣੇ ਆਪ ਨੂੰ ਜ਼ਿਆਦਾ ਨਾ ਵੰਡੀਏ, ਲੇਕਿਨ ਇਹ ਵੰਡ ਆਪਣੇ ਆਪ ਹੀ ਕਈ ਵਾਰੀ ਖਤਮ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ, ਮੈਂ ਆਪਣੇ ਆਪ ਮੈਂ ਹਿੰਦੂ ਪਰਿਵਾਰ 'ਚ ਜਨਮ ਲਿਆ, ਲੇਕਿਨ ਮੈਂ ਆਪਣੇ ਆਪ ਨੂੰ ਸਿੱਖ ਵੀ ਕਹਿੰਦਾ, ਮੈਂ ਹਿੰਦੂ ਵੀ ਹਾਂ ਸਿੱਖ ਵੀ ਹਾਂ, ਮੈਨੂੰ ਬੜਾ ਅੱਛਾ ਲੱਗਦਾ। ਲੇਕਿਨ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਕੋਈ ਬੰਦਾ, ਸਾਰੇ ਲੋਕ ਇਸ ਤਰ੍ਹਾਂ ਹੀ ਕਹਿਣ, ਕੋਈ ਸਿੱਖ ਆਪਣੇ ਆਪ ਨੂੰ ਹਿੰਦੂ ਕਹੇ ਜਾਂ ਕੋਈ ਹਰ ਇੱਕ ਹਿੰਦੂ ਆਪਣੇ ਆਪ ਨੂੰ ਸਿੱਖ ਹੈ, ਮੈਂ ਇਹ ਨਹੀਂ ਕਦੇ ਕਿਸੇ ਨੂੰ ਕਹਿੰਦਾ। ਲੇਕਿਨ ਇਹਦਾ ਜਦੋਂ ਮੇਰੇ ਕੋਲ ਦੋਸਤ ਪੁੱਛਦੇ ਨੇ ਯਾਰ ਤੂੰ ਇਸ ਤਰ੍ਹਾਂ ਕਿਉਂ ਕਹਿੰਦਾ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਦੇਖੋ, ਮੈਂ ਨਾ ਜਦੋਂ ਮੰਦਿਰ 'ਚ ਜਾਂਦਾ ਉਦੋਂ ਵੀ ਹੱਥ ਜੋੜ ਕੇ ਰੱਬ ਨੂੰ ਯਾਦ ਕਰਦਾ, ਜਦੋਂ ਗੁਰਦੁਆਰੇ ਜਾਂਦਾ ਉੱਥੇ ਵੀ ਸਾਰੇ ਲੋਕ ਹੱਥ ਜੋੜ ਕੇ ਹੀ ਰੱਬ ਨੂੰ ਯਾਦ ਕਰਦੇ ਨੇ। ਔਰ ਇਹੀ ਇੱਕ ਪਰੰਪਰਾ ਆਪਣੀ ਐਸੀ ਹੈ ਕਿ ਜਿਹੜੀ ਕਿ ਇਹ ਵੰਡੀਆਂ ਨੂੰ ਰੋਕ ਦਿੰਦੀ ਹੈ ਕਿ ਆਪਣਾ ਰੱਬ ਨੂੰ ਯਾਦ ਕਰਨ ਦਾ ਤਰੀਕਾ ਇੱਕੋ ਹੀ ਹੈ। ਉਹ ਇਹੀ ਇੱਕ ਪੁਰਾਣਾ 5000 ਸਾਲ ਤੋਂ ਚੱਲਿਆ ਆ ਰਿਹਾ ਕਲਚਰ ਹੈ ਕਿ ਜਿਹੜਾ ਹਰ ਇੱਕ ਹਿੰਦੁਸਤਾਨੀ ਨੂੰ ਇੱਕ ਦੂਸਰੇ ਨਾਲ ਜੋੜ ਕੇ ਰੱਖਦਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਜਸਵਿੰਦਰ ਸਿੰਘ। ਹਾਂਜੀ ਸਰ ਜੀ, ਤੁਸੀਂ ਸੋਚਿਆ ਸੀ ਆਪਾਂ ਨੂੰ ਪ੍ਰੋਪਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਜੀ। ਦੇਖੋ ਗੱਲ ਇਸ ਤਰ੍ਹਾਂ ਕਿ ਇੱਕ ਹਰ ਕੰਟਰੀ ਦਾ ਆਪਣਾ ਆਪਣਾ ਇੱਕ ਹੈਗਾ ਆ ਨਿਸ਼ਾਨ ਸਾਹਿਬ ਜਾਂ ਝੰਡਾ। ਆਪਣਾ ਵੀ ਸਿੱਖ ਰਾਜ ਦਾ ਇਹ ਪਹਿਲਾਂ ਚੱਲਦਾ ਆ ਰਿਹਾ ਸੀ 1930 ਦੇ ਵਿੱਚ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋਈ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਬਣਿਆ, ਉਸ ਵਕਤ ਤੋਂ ਹੀ ਇਹਨਾਂ ਨੇ ਸਾਂਝਾ ਪਾ ਲਈਆਂ। ਉਦੋਂ ਇਹਨਾਂ ਨੇ ਚੇਂਜ ਕੀਤਾ, ਪਹਿਲਾਂ ਸਰਮਈ ਤੇ ਇਹੀ ਦੋਨੇ ਚੱਲਦੇ ਆ ਰਹੇ ਸੀ ਰੰਗ। ਤੁਸੀਂ ਪਿਛਲੇ ਪੁਰਾਤਨ ਸਮੇਂ ਦੇ ਵਿੱਚ ਇਤਿਹਾਸ ਦੇਖ ਲਓ, ਸਾਰਾ ਇਹੀ ਚੱਲਦਾ ਆ ਰਿਹਾ ਸੀ। ਹੁਣ ਜਿੰਨਾ ਇਹਨਾਂ ਨੂੰ ਵਰਤ ਲਿਆ ਪੰਜਾਬ ਨੂੰ ਲੁੱਟ ਸੁੱਟ ਕਰਾ ਕੇ, ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜਾਰੀ ਟੁੱਟ ਗਈ ਤੇ ਹੁਣ ਆਪਣਾ ਨਾਮ ਜਾਰੀ ਕਰ ਦੋ ਵੀ ਨਹੀਂ ਹੁਣ ਸਾਡਾ ਜਿਹੜਾ ਪੁਰਾਣੇ ਜਾਂ ਤਾਂ ਸਾਡੇ ਨਾਲ ਜਾਰੀ ਲਾ ਲਓ ਤੇ ਜਾਂ ਸਾਡਾ ਅਸੀਂ ਹੁਣ ਚੇਂਜ ਕਰਨ ਲੱਗੀਆਂ। ਦਿੱਤਾ ਤੇ ਇਹਨਾਂ ਨੇ, ਇਹਨਾਂ ਨੂੰ ਸਾਰਾ ਕੁਝ। ਹੁਣ ਕੱਲ੍ਹ ਨੂੰ ਜੇ ਸਰਮਈ ਤੇ ਗੱਲ ਆ ਜਾਵੇ, ਜੇ ਰੰਗਾਂ ਤੇ ਗੱਲ ਆ ਜਾਵੇ ਤੇ ਕੱਲ੍ਹ ਨੂੰ ਬਹੁਜਨ ਸਮਾਜ ਪਾਰਟੀ ਦਾ ਵੀ ਮੇਲਾ ਆ, ਕੱਲ੍ਹ ਨੂੰ ਬਹੁਮਤ ਜ਼ਿਆਦਾ ਉਹਨਾਂ ਦੀ ਹੋ ਗਈ ਭਾਰਤ ਵਿੱਚ ਤਾਂ ਫਿਰ ਕਹਿਣਗੇ ਨਹੀਂ ਇਹੀ ਚੇਂਜ ਕਰੋ। ਥੈਂਕ ਯੂ। ਇੱਕ ਅਨੋਨਮਸ ਕਾਲਰ ਨੇ ਲਾਈਨ 3। ਸਤਿ ਸ੍ਰੀ ਅਕਾਲ ਸਿੰਘ ਸਾਹਿਬ। ਸਤਿ ਸ੍ਰੀ ਅਕਾਲ ਬਾਈ ਜੀ। ਧਰਮ ਜਿਹੜੇ ਹੈ ਉਹ ਆਪਾਂ ਧਰਮਾਂ ਦੇ ਪ੍ਰਿੰਸੀਪਲਸ ਨੂੰ ਭੁੱਲੀ ਜਾ ਰਹੇ ਹਾਂ ਤੇ ਪਤਾ ਨਹੀਂ ਕਿਹੜੇ ਚੱਕਰਾਂ 'ਚ ਪਈ ਜਾ ਰਹੇ ਹਾਂ। ਮੈਂ ਤਾਂ ਬਾਣੀ ਦੀ ਇੱਕੋ ਤੁੱਕ ਕਵਾਂਗਾ, ਉਹਦੇ ਜਾਂਦਾ ਮੜੀਆਂ ਸੇਵੇ ਨਿਰਜਿਓ ਪੂਜੇ ਸਭ ਬਿਰਥੀ ਘਾਲ ਗਵਾਈ। ਦੈਟਸ ਇਟ, ਆਪਾਂ ਕਿਹੜੇ ਚੱਕਰਾਂ 'ਚ ਪਏ ਹੋਏ ਹਾਂ। ਥੈਂਕ ਯੂ ਜੀ। ਸੁਰਜੀਤ ਕੌਰ ਗਰੇਵਾਲ ਜੀ। ਹਾਂ ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, 13 ਅਪ੍ਰੈਲ 1699 ਨੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ ਅਨੰਦਪੁਰ ਸਾਹਿਬ, ਉਦੋਂ ਕੇਸਰੀ ਰੰਗ ਦਿੱਤਾ ਸੀ। ਕੇਸਰੀ ਰੰਗ ਤੇ ਭਗਵੇਂ ਰੰਗ ਤੇ ਬਹੁਤ ਫਰਕ ਆ, ਆਹ ਨਵਾਂ ਹੀ ਹੁਣ ਕਿੰਨੇ ਸੌ ਸਾਲ ਹੋ ਗਏ।
ਖਾਲਸਾ ਪੰਥ ਸਾਜੇ ਨੂੰ ਹਨਾ, ਆਹ ਨਵਾਂ ਹੀ ਹੁਣ ਪਤਾ ਨੀ ਫਾਹ ਜੀ ਡਾਤੀ। ਮੈਨੂੰ ਤਾਂ ਉਹ ਪਹਿਲਾਂ ਸਹੀ ਲੱਗਦਾ, ਕੇਸਰੀ ਰੰਗ ਸਹੀ ਆ ਸਾਡਾ, ਭਗਵੇਂ ਰੰਗ ਨਾਲ ਤਾਂ ਮਿਲਦਾ ਨੀ, ਭਗਵਾਂ ਰੰਗ ਤਾਂ ਗੂੜਾ ਹੁੰਦਾ ਆ। ਮੇਰਾ ਇਹੀ ਖਿਆਲ ਸੀ ਵੀ ਸਾਡਾ ਕੇਸਰੀ ਰੰਗ ਰਹਿਣਾ ਚਾਹੀਦਾ ਜੀ। ਥੈਂਕਸ। ਸਾਰੀ ਨਰਿੰਦਰ ਕੌਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੀ ਸਾਡਾ ਜੀ ਅਕਾਲ ਤਖ਼ਤ ਹੈ, ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਨੇ ਕਹਿਤਾ ਤੇ ਅਸੀਂ ਆਪਣੀ ਆਈਡੈਂਟੀਟੀ ਚੇਂਜ ਕਰ ਲਈ ਹੈ। ਅਕਾਲ ਤਖ਼ਤ ਕੋਈ ਅੱਜ ਤੋਂ ਨਹੀਂ ਬਣਿਆ ਹੋਇਆ, ਇਹ ਇੱਕ ਬੀਜੇਪੀ ਦੇ ਭਗਵੇਂ ਰੰਗ ਤੋਂ ਆਪਣਾ ਕਹਿੰਦੇ ਨੇ ਕਿ ਅਸੀਂ ਆਪਣਾ ਰੰਗ ਹੀ ਚੇਂਜ ਕਰ ਦੇਵਾਂਗੇ, ਕਿ ਸਾਡਾ ਧਰਮ ਇੰਨਾ ਕਮਜ਼ੋਰ ਹੈ। ਜੋ ਆਪਣੇ ਸਟੇਬਿਲਿਟੀ ਤਾਂ ਨਹੀਂ ਕਾਇਮ ਆ, ਉਹ ਅੱਗੇ ਸਾਧ ਸੰਗਤ ਨੂੰ ਕੀ ਸੇਧ ਦੇਗਾ? ਸੋ ਤੁਹਾਡਾ ਖਿਆਲ ਹੈ ਕਿ ਇਹ ਕੇਸਰੀ ਰੰਗ ਹੀ ਰਹਿਣਾ ਚਾਹੀਦਾ ਚੋਲੇ ਦਾ? ਯੈਸ ਯੈਸ, ਇਹ ਨਿਹਰਾ ਚੋਲਾ ਹੀ ਨਹੀਂ ਹੈ ਜੀ, ਅੱਗੇ ਸਿਰੋਂ ਪਾਓ ਵੀ ਦਿੰਦੇ ਨੇ। ਸਾਰੇ ਉਹ ਵੀ ਚੇਂਜ ਕਰਨਗੇ ਹਰ ਥਾਂ ਤੇ। ਮੈਂ ਦੇਖਿਆ ਕਿ ਸਿਰੋਂ ਪਾਓ ਦਾ ਰੰਗ ਪਹਿਲਾਂ ਕੇਸਰੀ ਹੁੰਦਾ ਸੀ, ਹੌਲੀ 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 ਉਹ ਰੈਡਿਸ਼ ਜਿਹਾ ਭਗਵੇਂ ਜਿਹਾ ਦਾ ਹੋ ਗਿਆ। ਇਹ ਕਦੋਂ ਹੋਇਆ? ਇਹ ਬੀਜੇਪੀ ਦੇ ਜਦੋਂ ਇਹ ਆਪਣਾ ਸੀ ਆਹ ਅਕਾਲੀਏ। ਥੈਂਕ ਯੂ ਭੈਣ ਜੀ। ਇੱਕ ਕਾਲ ਮੈਂ ਹੋਰ ਲੈ ਸਕਦਾ, ਸਿਮਰਨ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਚਲੋ ਸਾਨੂੰ ਅਸੀਂ ਤਾਂ ਜਿੰਨਾ ਚਿਰ ਸੁਰਤ ਸੰਭਾਲੀ ਆ ਜੀ, ਅਸੀਂ ਤਾਂ ਕੇਸਰੀ ਨਿਸ਼ਾਨ ਸਾਹਿਬ ਦੇਖਿਆ, ਪਰ ਚਲੋ ਜੇ ਸਿਆਣੇ ਕਹਿੰਦੇ ਆ ਜੀ ਪਹਿਲਾਂ ਜੋ ਸੀਗਾ ਉਹ ਦੂਸਰੇ ਦੋ ਰੰਗ ਜਿਹੜੇ ਕਹਿੰਦੇ ਆ ਜੀ ਉਹ ਆ, ਉਹ ਤਾਂ ਚਲੋ ਠੀਕ ਆ ਜੀ, ਜਿਹੜਾ ਵੀ ਰੱਖਣਾ ਰੱਖ ਲੈਣ, ਜਿਹੜਾ ਪੁਰਾਣਾ ਆ ਤਾਂ ਪੁਰਾਤਨ ਚੱਲਣਾ ਚਾਹੀਦਾ, ਮੈਂ ਇਸ ਗੱਲ ਨਾਲ ਐਗਰੀ ਕਰਦਾ। ਪਰ ਭਾਜੀ ਮੈਂ ਇੱਕ ਗੱਲ ਦੱਸਦਾ, ਮੈਂ 40 ਈਅਰਸ ਓਲਡ ਆ, ਸਾਡੇ ਨਿਆਣੇ ਨਾ ਛੋਟੇ ਆ, ਸਾਨੂੰ ਨਿਆਣਿਆਂ ਨੂੰ ਆਂਸਰ ਦੇਣੇ ਬਹੁਤ ਔਖੇ ਹੋ ਜਾਂਦੇ ਆ, ਜਦੋਂ ਲੋਕੀ ਜਦੋਂ ਕੁਛ ਵੀ ਨਵਾਂ ਪੁਰਾਣੀਆਂ ਚੀਜ਼ਾਂ ਚੋਂ ਨਵਾਂ ਚੀਜ਼ ਆ ਜਾਂਦੀ ਆ, ਅਸੀਂ ਆਪਣੇ ਨਿਆਣਿਆਂ ਨੂੰ ਕੀ ਕੀ ਸਿੱਖੀਦਾ ਸਮਝਾਈਏ? ਜੋ ਅਸੀਂ ਪਹਿਲਾਂ ਦੱਸਦੇ ਆਏ ਆ ਉਹ ਸਾਡਾ ਸਾਰਾ ਪਾਣੀ ਫਿਰ ਜਾਂਦਾ। ਬੱਚੇ ਪੁੱਛਦੇ ਆ ਇਹ ਹੁਣ ਕਾਹਤੇ ਚੇਂਜ ਕਰਤਾ, ਪਹਿਲਾਂ ਫਿਰ ਇਹਨਾਂ ਨੇ ਕਾਹਤੇ ਚੇਂਜ ਕੀਤਾ ਸੀ? ਭਾਜੀ ਬਹੁਤ ਪ੍ਰੋਬਲਮ ਆਉਂਦੀ ਆ, ਨਿਆਣੇ ਫਿਰ ਸਾਨੂੰ ਸੁਣਨਾ ਹੌਲੀ ਹੌਲੀ ਛੱਡ ਦੂਗੇ, ਪਰ ਤੁਹਾਨੂੰ ਆਪ ਨੂੰ ਹੀ ਨੀ ਪਤਾ ਹੈਗਾ ਵੱਡਿਆਂ ਨੂੰ, ਤੁਸੀਂ ਸਾਨੂੰ ਕੀ ਅਕਲ ਦੇਣੀ ਆ? ਸੋਰੀ ਭਾਜੀ, ਪਰ ਬਹੁਤ ਚੱਕਰ ਪੈਂਦਾ ਇਹ ਚੀਜ਼ ਦਾ। ਥੈਂਕ ਯੂ ਫੋਰ ਯੋਰ ਟਾਈਮ, ਥੈਂਕ ਯੂ ਸੋ ਮਚ। ਥੈਂਕ ਯੂ। ਇਹ ਪਤੇ ਦੀ ਗੱਲ ਕੀਤੀ ਆ ਨੇ ਸਿਮਰਨ ਸਿੰਘ ਨੇ। ਸਰ ਗੁਰਦਰਸ਼ਨ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਵਿਸ਼ਾ ਲਿਆ ਹੈਗਾ, ਕਿਉਂਕਿ ਮੈਂ ਸਮਝਦਾ ਸਾਡੇ ਜਥੇਦਾਰਾਂ ਕੋਲ ਕੋਈ ਕ੍ਰੀਏਟਿਵ ਜਾਬ ਹੈ ਨਹੀਂ, ਉਹ ਇਹੋ ਜਿਹੇ ਕੰਮ ਕਰਨਾ ਚਾਹੁੰਦੇ ਨੇ ਜਿੱਥੇ ਤੁਹਾਡੇ ਵਿੱਚ ਫਲੈਕਸ਼ਨ ਆਵੇ। ਉਹਨਾਂ ਕੋਲ ਇੱਕ ਪੁਆਇੰਟ ਆਇਆ ਸੀ, ਕਮੇਟੀ ਵੀ ਬਿਠਾਈ ਸੀ, ਗੁਰੂ ਮਹਾਰਾਜ ਨੂੰ ਕਿੱਥੇ ਕਿੱਥੇ ਲਿਜਾਣਾ ਵਾਜਬ ਹੈ, ਉਹਨਾਂ ਨੇ ਅੱਜ ਤੱਕ ਉਹਦਾ ਫੈਸਲਾ ਨਹੀਂ ਦਿੱਤਾ। ਠੀਕ ਆ, ਇਹ ਜਿਹੜੀਆਂ ਉਹਦੇ ਬਾਰੇ ਫੈਸਲਾ ਹੋਇਆ ਹੋਇਆ ਜੀ, ਬੀਚਸ ਦੇ ਉੱਤੇ ਜਾਂ ਜਿਹੜੇ ਬਾਹਰ ਨਹੀਂ ਲੈ ਕੇ ਜਾਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਸੋ ਇਹਦੇ ਬਾਰੇ ਤਾਂ ਆਇਆ ਹੋਇਆ, ਇਹਦੇ ਬਾਰੇ ਤਾਂ ਕਲੈਰਿਟੀ ਦਿੱਤੀ ਉਹਨੇ। ਇਹਨਾਂ ਨੇ ਪਬਲਿਕ ਅਨਾਊਂਸਮੈਂਟ ਕੀਤੀ ਅਸੀਂ ਨਹੀਂ ਕੀਤੀ, ਮੈਂ ਵੀ ਫੋਲੋ ਕਰਦਾ ਇਸ ਨੂੰ, ਇਹਨਾਂ ਨੇ ਨਹੀਂ ਕੀਤੀ। ਦੂਸਰੀ ਗੱਲ ਜਿਹੜੀ ਹੈਗੀ ਆ, ਇਹ ਜਿਹੜਾ ਕੇਸਰੀ ਰੰਗ ਚੱਲ ਰਿਹਾ ਹੈਗਾ, ਇਹ ਕਈ ਬੰਦੇ ਕਹਿ ਕੇ ਰਾਹਤ ਮਰਜ਼ਾਦਾ 'ਚ ਲਿਖਿਆ, ਕਿਹੜੀ ਰਾਹਤ ਮਰਜ਼ਾਦਾ? ਉਹ ਦੱਸਣ ਦੀ ਕੋਸ਼ਿਸ਼ ਕਰਨਗੇ, ਇਤਿਹਾਸ ਲਿਖਿਆ ਕਿਹੜੇ ਇਤਿਹਾਸ ਦੇ ਵਿੱਚ ਲਿਖਿਆ, ਕਿੱਥੋਂ ਨਿਹੰਗ ਕਦੋਂ ਆਏ, ਇਹ ਦੱਸਣ ਦੀ ਕੋਸ਼ਿਸ਼ ਕਰਨਗੇ? ਮਨ ਘਰ 'ਤੇ ਕਹਾਣੀਆਂ ਨੂੰ, ਬਾਲੇ ਵਾਲੀਆਂ ਕਹਾਣੀਆਂ ਨੂੰ ਮੁੱਖ ਬਣਾ ਕੇ ਸਿੱਖ ਧਰਮ ਦੇ ਵਿੱਚ ਦੁਰਘਟਨਾ ਪੈਦਾ ਕਰਨ ਦਾ ਠੇਕਾ ਇਹਨਾਂ ਜਥੇਦਾਰਾਂ ਨੇ ਲਿਆ ਹੋਇਆ,
ਮੈਂ ਵੀ ਜਥੇਦਾਰਾਂ ਨੂੰ ਮੰਨਦਾ, ਪਰ ਸਾਡੇ ਗੁਰੂ ਨੇ ਜਥੇਦਾਰਾਂ ਦੇ ਗੱਲ ਦੇ ਵਿੱਚ ਹੱਥ ਦੇ ਵਿੱਚ ਖੂੰਡੀ ਨਹੀਂ ਫੜਾਈ ਕਿ ਹਰ ਇੱਕ ਦਾ ਗਲ ਘੁੱਟ ਦਿਓ। ਇਹ ਇਹ ਇੱਕ ਮਨਘੜਤ ਕਹਾਣੀਆਂ ਹਨ। ਪੰਜ ਪਿਆਰੇ ਅੰਮ੍ਰਿਤ ਛਕਾਉਣ ਨੂੰ ਚਲਾਏ ਸੀ। ਤੁਹਾਡੇ ਖਿਆਲ ਚ ਫਿਰ ਕਿਹੜਾ ਰੰਗ ਹੁਣ ਹੋਣਾ ਚਾਹੀਦਾ? ਕੇਸਰੀ ਰੰਗ ਦੇ ਹੀ ਚੋਲੇ ਰਹਿਣ ਜਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਹੁਕਮ ਦਿੱਤਾ ਕਿ ਬਸੰਤੀ ਤੇ ਸੁਰਮਈ ਰੱਖੇ ਜਾਣ? ਜਿਹੜਾ 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 ਹੈ ਉਹ ਸੁਰਮਈ ਨਹੀਂ, ਜਿਹੜਾ ਵੀ ਹੈ ਇਹ ਨਿਹੰਗਾਂ ਨੇ ਸ਼ੁਰੂ ਕੀਤਾ ਸੀ। ਨਿਹੰਗ ਕਦੋਂ ਆਇਆ ਗੁਰੂ ਮਹਾਰਾਜ ਵੇਲੇ ਸਨ, ਇਹ ਵੀ ਦੱਸਣ ਦੀ ਕੋਈ ਕੋਸ਼ਿਸ਼ ਕਰੇ। ਨਹੀਂ ਨਹੀਂ, ਤੁਸੀਂ ਦੱਸੋ ਕਿਹੜਾ ਰੰਗ ਸਵੀਕਾਰ ਆ ਤੁਹਾਨੂੰ? ਇਹੋ ਜਿਹੇ ਰੰਗਾਂ ਦੇ ਇਹੋ ਜਿਹੇ ਵਾਦ ਵਿਵਾਦ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਆ। ਸਾਨੂੰ ਪਤਾ ਇਹ ਕਿੰਨੇ ਲਿਆਕਤ ਵਾਲੇ ਆ, ਇਹ ਕਿਵੇਂ ਬਣੇ ਨੇ, ਇਹ ਸਭ ਸਾਨੂੰ ਪਤਾ। ਠੀਕ ਹੈ ਜੀ, ਮਿਹਰਬਾਨੀ। ਖੈਰ ਹੋਰ ਕਾਲਜ ਨਹੀਂ ਮੈਂ ਲੈ ਸਕਦਾ, ਖਬਰਾਂ ਆਉਣ ਵਾਲੀਆਂ ਨੇ। ਪਰ ਬੇਸਿਕਲੀ ਇਹ ਕੱਲ੍ਹ ਮੇਰਾ ਖਿਆਲ ਹੁਕਮ ਆਇਆ, ਔਰ ਇਸ ਦੇ ਬਾਰੇ 'ਚ ਵੱਖ ਵੱਖ ਜਿਹੜੇ ਮੁਲਕਾਂ ਤੋਂ ਵੱਖ ਵੱਖ ਲੀਡਰ ਨੇ ਉਹ ਆਪਣੇ ਆਪਣੇ ਪ੍ਰਤੀਕਰਮ ਦੇ ਰਹੇ ਹਨ। ਜਿਹੜੀ ਭਾਰਤ ਦੇ ਵਿੱਚ ਵੀ ਇਸ ਦੇ ਉੱਤੇ ਹਾਲੇ ਤੱਕ ਕੋਈ ਯੂਨੈਨਿਮਸ, ਹਾਂ ਉਹਨਾਂ ਦੇ ਜਿਹੜਾ ਪੰਜ ਸਿੰਘ ਸਾਹਿਬਾਨ ਅਤੇ ਅਕਾਲ ਤਖ਼ਤ ਸਾਹਿਬ ਤੋਂ ਤਾਂ ਹੁਕਮ ਆਇਆ ਹੈ ਜ਼ਰੂਰ, ਪਰ ਜਿਹੜੇ ਆਮ ਲੋਕ ਨੇ ਜਾਂ ਜਿਹੜੇ ਲੋਕਲ ਜਥੇਦਾਰ ਜਿਸ ਤਰ੍ਹਾਂ ਉਹਨੇ ਹੁਕਮ ਆਪਣੇ ਸ਼ਬਦ ਵਰਤਿਆ, ਕੀ ਉਹ ਸਾਰੇ ਇਸ ਗੱਲ 'ਤੇ ਸਹਿਮਤ ਨੇ? ਹਾਲੇ ਇਸ ਦੇ ਉੱਤੇ ਮੁਕੰਮਲ ਸਹਿਮਤੀ ਨਹੀਂ ਹੋ ਸਕੀ, ਪਰ ਹੁਕਮ ਜ਼ਰੂਰ ਹੈ ਕਿ ਫੌਰਨ ਜਿਹੜੇ ਆ ਚੋਲੇ ਬਦਲੇ ਜਾਣ ਨਿਸ਼ਾਨ ਸਾਹਿਬ ਦੇ। ਹੁਣ ਜਿਹੜਾ ਪ੍ਰਵਾਨਿਤ ਰੰਗ ਹੋਏਗਾ ਉਹ ਕੇਸਰੀ ਰੰਗ ਨਹੀਂ ਹੋਏਗਾ, ਸੋ ਇਸ ਦੇ ਵਿੱਚ ਬਸੰਤੀ ਅਤੇ ਸੁਰਮਈ ਰੰਗ ਦੋ ਉਹਨਾਂ ਨੇ ਇਹ ਹੁਕਮ ਦਿੱਤਾ ਹੈ ਕਿ ਇਹੀ ਰਹਿਣਗੇ।